ਰੇਡੀ ਵਿੱਚ ਤੇਰਾ ਦਾ ਪ੍ਰੋਗਰਾਮ ਸੁਝਾ ਦੀਆਂ ਕੁਝ ਪਾਰਟੀਆਂ ਸਾਡੇ ਸਾਰੇ ਸੁਣਤਾਂ ਦਾ ਇੱਕ ਵਾਰ ਫੇਰ ਜੀ ਸਵਾਗਤ ਕਰ ਦਿਆਂ। ਮੈਂ ਸੰਦੀਪ ਕੌਰ ਤੁਹਾਡੇ ਸਾਰਿਆਂ ਦੇ ਨਾਲ ਹਾਂ, ਔਰ ਸਾਡੇ ਨਾਲ ਜੀ ਇਸ ਵਕਤ ਜੁੜ ਚੁੱਕੇ ਨੇ ਪੱਤਰਕਾਰ ਜਸਵੀਰ ਸਿੰਘ ਜੀ ਦਿੱਲੀ ਬਾਰਡਰ ਤੋਂ, ਔਰ ਅੱਜ ਬਿਲਕੁਲ ਜਾਣਦੇ ਹਾਂ ਇਹਨਾਂ ਦੇ ਕੋਲੋਂ ਕਿ ਇਸ ਵਕਤ ਉੱਥੋਂ ਦਾ ਜਿਹੜਾ ਮਾਹੌਲ ਹੈ ਉਹ ਕਿਸ ਤਰ੍ਹਾਂ ਦਾ ਹੈ। ਕਿਉਂਕਿ ਜਸਵੀਰ ਜੀ ਦੇ ਬਾਰੇ ਮੈਂ ਦੱਸ ਦਿਆਂ ਕਿ ਪਹਿਲੇ ਦਿਨ ਤੋਂ ਜਦੋਂ ਤੋਂ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਉਦੋਂ ਤੋਂ ਲੈ ਕੇ ਹੁਣ ਤੱਕ ਆਪਣੇ ਇਸ ਮੋਰਚੇ ਦੇ ਵਿੱਚ ਡਟੇ ਹੋਏ ਨੇ, ਔਰ ਪਲ ਪਲ ਦੀਆਂ ਜਿਹੜੀਆਂ ਖਬਰਾਂ ਨੇ, ਪਲ ਪਲ ਦੀ ਜਿਹੜੀ ਜਾਣਕਾਰੀ ਹੈ ਉਹ ਸਭ ਦੇ ਨਾਲ ਸਾਂਝੀ ਕਰਦੇ ਆ ਰਹੇ ਨੇ। ਤੇ ਸਭ ਤੋਂ ਪਹਿਲਾਂ ਤੇ ਜਸਵੀਰ ਜੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਜੀ, ਬਹੁਤ ਧੰਨਵਾਦ ਤੁਹਾਡਾ। ਤੇ ਜਸਵੀਰ ਜੀ ਇਸ ਵਕਤ ਕਿਉਂਕਿ ਸਭ ਤੋਂ ਪਹਿਲਾਂ ਤਾਂ ਇਹੀ ਜਾਣਨਾ ਚਾਹਾਂਗੇ ਕਿ ਤੁਸੀਂ ਕਿੱਥੇ ਹੋ ਇਸ ਵੇਲੇ, ਸਿੰਘੂ ਬਾਰਡਰ ਤੇ ਹੋ, ਟਿੱਕਰੀ ਤੇ ਹੋ, ਕਿਹੜੀ ਜਗ੍ਹਾ ਤੇ ਹੋ? ਹਾਂਜੀ, ਅਸੀਂ ਇਸ ਵਕਤ ਸਿੰਘੂ ਕੁੰਡਲੀ ਬਾਰਡਰ ਤੇ ਹੈਗੇ ਆ ਜੀ, ਉਸ ਜਗ੍ਹਾ ਤੇ ਹੈਗੇ ਆ। ਜੀ, ਤੇ ਜੇ ਅਸੀਂ ਗੱਲ ਕਰੀਏ ਹੁਣ 26 ਜਨਵਰੀ ਦਾ ਜਿਹੜਾ ਦਿਨ ਹੈ, ਬਿਲਕੁਲ ਕਿਉਂਕਿ ਇੱਕ ਦਿਨ ਰਹਿ ਗਿਆ ਹੈ, ਔਰ ਇਸ ਵਕਤ ਜਿਹੜੀਆਂ ਤਿਆਰੀਆਂ ਨੇ ਕਿਸਾਨ ਵੀਰਾਂ ਦੇ ਵੱਲੋਂ ਕਿਸ ਤਰ੍ਹਾਂ ਦੀਆਂ ਚੱਲ ਰਹੀਆਂ ਨੇ ਸਾਰਿਆਂ ਦੇ ਵੱਲੋਂ, ਕਿੱਦਾਂ ਦੇ ਇਸ ਵਕਤ ਉੱਥੇ ਪ੍ਰਬੰਧ ਹੈ? ਜੀ ਤੁਹਾਨੂੰ ਪਤਾ ਵੀ ਦੋ ਜਸਵੀਰ ਜੀ, ਮੈਨੂੰ ਲੱਗਦਾ ਤੁਹਾਡੀ ਆਵਾਜ਼ ਥੋੜੀ ਜਿਹੀ ਨੈਟਵਰਕ ਕਿਉਂਕਿ ਜਿਹੜਾ ਹੈਗਾ ਉਹ ਜ਼ਰੂਰ ਉੱਥੇ ਇਸ ਤਰ੍ਹਾਂ ਦਾ ਹੈ ਕਿ ਕਈ ਵਾਰੀ ਆਵਾਜ਼ ਜਿਹੜੀ ਹੈ ਉਹ ਸਾਫ਼ ਨਹੀਂ ਪਹੁੰਚ ਪਾਉਂਦੀ, ਮੈਂ ਮਾਫ਼ੀ ਚਾਹੂੰਗੀ। ਹੁਣ ਠੀਕ ਹੈ ਜੀ? ਹਾਂਜੀ, ਹੁਣ ਠੀਕ ਹੈ ਜੀ। ਜੀ ਹਾਂਜੀ, ਤਾਂ 26 ਜਨਵਰੀ ਦੀ ਜਿਹੜੀ ਜਿੱਦਾਂ ਭਾਰਤੀ ਜਿਹੜਾ ਕਿ ਸਿਸਟਮ ਦੇ ਵਿੱਚ 26 ਜਨਵਰੀ ਦੀ ਕਾਫੀ ਮਹੱਤਤਾ ਹੈਗੀ, ਇੱਕ ਵੱਡਾ ਜਿਹੜਾ ਦਿਨ ਹੁੰਦਾ, ਤਾਂ ਕਿਸਾਨਾਂ ਨੇ ਇਸ ਚੀਜ਼ ਨੂੰ ਜਿਹੜਾ ਕਿ ਰੱਖਿਆ ਸੀ ਕਿ ਅਸੀਂ ਇਸ ਦਿਨ ਆਪਣਾ ਜਿਹੜਾ ਹੈਗਾ ਰੰਗ ਜਾਂ ਆਪਣਾ ਰੋਸ ਕਹਿ ਲਓ ਜਾਂ ਆਪਣਾ ਜਿਹੜਾ ਪ੍ਰਦਰਸ਼ਨ ਹੈਗਾ ਉਹ ਵੱਡੇ ਪੱਧਰ ਤੇ ਕਰਾਂਗੇ, ਤਾਂ ਉਹਨੂੰ ਲੈ ਕੇ ਕਈ ਦਿਨਾਂ ਤੋਂ ਤਿਆਰੀ ਆ ਜਿਹੜੀ ਚੱਲ ਰਹੀ ਸੀ। ਪਰ ਜੇ ਹੁਣ ਅਸੀਂ ਬੀਤੇ 1, 2 ਜਾਂ 3 ਦਿਨਾਂ ਦੀ ਗੱਲ ਕਰੀਏ, ਤਾਂ ਹੁਣ ਅੱਜ 25 ਤਰੀਕ ਹੈ, ਕੱਲ ਨੂੰ ਜਿਹੜਾ ਹੈਗਾ ਉਹ ਦਿਨ ਹੈ ਜਦੋਂ ਕਿਸਾਨਾਂ ਨੇ ਆਪਦਾ ਪ੍ਰਦਰਸ਼ਨ ਜਿਹੜਾ ਉਹ ਵਿਖਾਉਣਾ ਹੈ, ਸ਼ਕਤੀ ਪ੍ਰਦਰਸ਼ਨ ਕਹਿ ਲਓ ਜਾਂ ਕੁਛ ਵੀ ਕਹਿ ਲਓ, ਤਾਂ ਮਤਲਬ ਕਿ ਸੋਚ ਤੋਂ ਪਰੇ ਹੈ, ਕਿਸਾਨ ਲੀਡਰਾਂ ਦੀ ਤਾਂ ਸੋਚ ਤੋਂ ਪਰੇ ਹੀ ਪਰੇ ਆ, ਆਮ ਲੋਕਾਂ ਦੇ, ਅਸੀਂ ਮਤਲਬ ਮੀਡੀਆ ਨੇ, ਅਸੀਂ ਵੀ ਨਹੀਂ ਸੋਚਿਆ ਵੀ ਕਿਤੇ ਇਸ ਤਰ੍ਹਾਂ ਹੋਊਗਾ। ਜੀ ਜੇ ਅਸੀਂ ਕੁੰਡਲੀ ਸਿੰਘੂ ਬਾਰਡਰ ਤੇ ਇਸ ਵਕਤ ਤਾਂ ਲਗਭਗ ਰਾਤ ਵੀ 100 ਕਿਲੋਮੀਟਰ ਤੱਕ ਤਾਂ ਲੰਮੀਆਂ ਲੈਣਾ, ਜਿਵੇਂ ਟਾਇਰ ਨਾਲ ਟਾਇਰ ਜੁੜ ਜਾਂਦਾ ਨਾ ਟਰੈਕਟਰਾਂ ਦਾ, ਕਾਰਾਂ ਦਾ, ਇਸ ਤਰ੍ਹਾਂ, ਔਰ ਉਹ ਵੀ ਤਿੰਨ ਤਿੰਨ ਚਾਰ ਚਾਰ ਟਰੈਕਟਰ ਲਗਾਤਾਰ ਜੁੜੇ ਹੋਏ ਆ। ਇਹ ਪਰਸੋਂ ਤੋਂ ਆ, ਪਰਸੋਂ ਤੋਂ ਲਗਾਤਾਰ, ਇਹ ਕੱਲ੍ਹ ਨਹੀਂ ਗਾ, ਪਰਸੋਂ ਤੋਂ ਲਗਾਤਾਰ ਆ, ਤੇ ਅਜੇ ਤੱਕ ਜਿਹੜਾ ਪਿੱਛੋਂ ਕਾਫਲਾ ਆ ਰਿਹਾ ਉਹਨਾਂ ਨੂੰ ਅੱਗੇ ਪਾਰਕਿੰਗ ਵਾਸਤੇ ਜਗ੍ਹਾ ਤੱਕ ਵੀ ਨਹੀਂ ਮਿਲ ਰਹੀ, ਕੋਈ ਖੇਤਾਂ 'ਚ ਲਾ ਰਿਹਾ, ਕੋਈ ਕਿਤੇ ਲਾ ਰਿਹਾ, ਇਸ ਤਰ੍ਹਾਂ ਦਾ ਜਿਵੇਂ ਕੋਈ ਹੜ੍ਹ ਨਹੀਂ ਆ ਜਾਂਦਾ ਸੀ, ਕਹਿੰਦੇ ਵੀ ਹੜ੍ਹ ਹੀ ਆ ਗਿਆ ਲੋਕਾਂ ਦਾ, ਉਹ ਆਇਆ ਹੋਇਆ, ਔਰ ਸਾਰੇ ਬਾਰਡਰਾਂ ਤੇ ਇਹ ਮਾਹੌਲ ਆ, ਖਾਸ ਕਰਕੇ ਕੁੰਡਲੀ ਸਿੰਘੂ ਤੇ ਟਿੱਕਰੀ ਤੇ। ਬਾਕੀ ਕੱਲ ਕਿਉਂਕਿ ਹਜੇ ਤੱਕ ਬੁਝਾਰਤ ਜੀ ਬਣੀ ਹੋਈ ਸੀ ਵੀ ਮਾਰਚ ਕਿੱਧਰ ਨੂੰ ਨਿਕਲਣਾ, ਕਿਹੜਾ ਸਾਡਾ ਰੂਟ ਹੋਊਗਾ, ਕੱਲ ਕਿਸਾਨ ਲੀਡਰਾਂ ਨੇ ਦਿੱਲੀ ਪੁਲਿਸ ਦੇ ਨਾਲ ਉਹ ਬੈਠ ਕੇ ਆਪਦਾ ਆਪਸ 'ਚ ਰਾਜ਼ੀਨਾਮਾ ਕਰਕੇ ਸਹਿਮਤੀ ਬਣਾ ਕੇ ਇੱਕ ਰੂਟ ਜਿਹੜਾ ਹੈਗਾ ਉਹ ਲੋਕਾਂ ਨੂੰ ਦੱਸਿਆ। ਹਾਲਾਂਕਿ ਉਨ 'ਤੇ ਵੀ ਥੋੜ੍ਹੀ ਜਿਹੀ ਮਤਲਬ ਕਿ ਲੋਕਾਂ ਦੇ ਵਿੱਚ ਦੋ ਰਾਏ ਸੀ, ਕਿਉਂਕਿ ਪਹਿਲਾਂ ਕਿਸਾਨ ਲੀਡਰ ਕਹਿੰਦੇ ਸੀ ਅਸੀਂ ਰਿੰਗ ਰੋਡ 'ਤੇ ਹੀ ਜਾਵਾਂਗੇ, ਅਤੇ ਪੁਲਿਸ ਕਹਿੰਦੀ ਸੀ ਨਹੀਂ ਜਾਣ ਦੇਵਾਂਗੇ, ਤਾਂ ਰਿੰਗ ਰੋਡ 'ਤੇ ਤਾਂ ਖੈਰ ਪੁਲਿਸ ਨਹੀਂ ਜਾਣ ਦੇ ਰਹੀ, ਦਿੱਲੀ ਦੇ ਅੰਦਰ ਤਾਂ ਨਹੀਂ ਕੋਈ ਕਿਸਾਨ ਵੜੂਗਾ, ਟਰੈਕਟਰ ਮਾਰਚ ਦਿੱਲੀ ਦੇ ਅੰਦਰ ਨਹੀਂ ਐਂਟਰ ਹੋਊਗਾ, ਪਰ ਜਿਹੜਾ ਵੀ ਰੂਟ ਮਿਲਿਆ ਹੁਣ ਲੋਕ ਤਿਆਰ ਹੋ ਕੇ ਕਰਕੇ ਆਏ ਆ, ਇੱਕ ਮਤਲਬ ਟਰੈਕਟਰਾਂ ਦੇ ਉੱਤੇ ਰੰਗ ਬਿਰੰਗੇ ਝੰਡੇ, ਕੇਸਰੀ, ਨਿਸ਼ਾਨ ਸਾਹਿਬ, ਨੀਲੇ ਸਾਰੇ ਝੰਡੇ, ਔਰ ਬਹੁਤ ਸਾਰੇ ਨਾਲ ਟਰੈਕਟਰਾਂ ਤੇ ਤਿਰੰਗੇ, ਜਿਹੜੇ ਭਾਰਤੀ ਝੰਡੇ ਵੀ ਕੁਛ ਸੱਜਣਾਂ ਨੇ ਲਾਏ ਹੋਏ ਆ, ਤਾਂ ਉਹ ਬਿਲਕੁਲ ਜਸਵੀਰ ਚਾਅ ਨਾਲ ਇੱਥੇ ਤੁਹਾਡੇ ਕੋਲੋਂ ਜ਼ਰੂਰ ਪੁੱਛਾਂਗੇ, ਕਿਉਂਕਿ ਝੰਡਿਆਂ ਨੂੰ ਲੈ ਕੇ ਨਾ ਪਹਿਲਾਂ ਜ਼ਰੂਰ ਵਿਚਾਰਾਂ ਹੁੰਦੀਆਂ ਰਹੀਆਂ ਨੇ, ਕਿਹਾ ਜਾਂਦਾ ਰਿਹਾ ਕਿ ਵੀ ਹਰੇ ਝੰਡੇ ਲਾਉਣੇ ਨੇ ਕਿਸਾਨੀ ਮੋਰਚੇ ਦੇ ਜਾਂ ਕੇਸਰੀ ਝੰਡੇ ਲਾਉਣੇ ਨੇ, ਤਾਂ ਬੜੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਰਹੀਆਂ ਨੇ, ਸੋ ਕੀ ਲੱਗ ਰਿਹਾ ਇਸ ਵਕਤ ਤੁਹਾਨੂੰ, ਕੀ ਦੇਖਣ ਨੂੰ ਮਿਲ ਰਿਹਾ ਉੱਥੇ? ਹਾਂਜੀ, ਇਹ ਸੀਗੀ ਥੋੜੀ ਜੀ, ਪਰ ਨਾ ਇੱਕ ਤੁਹਾਨੂੰ ਦੱਸ ਦਿੰਦਾ, ਮੈਂ ਪੰਜਾਬ ਦੇ ਵਿੱਚ ਲੋਕਾਂ ਨੂੰ ਜਿਹੜਾ, ਕਿਉਂਕਿ ਆਪਾਂ ਨੂੰ ਪਤਾ ਵੀ ਅਸੀਂ ਪੰਜਾਬ 'ਚੋਂ ਬੇਸ਼ੱਕ ਕੋਈ ਕਿਸੇ ਪਰਿਵਾਰ 'ਚੋਂ ਹੋਵੇ, ਪਰ ਉਹ ਧਰਮ ਦੀ ਛਤਰਛਾਇਆ ਹੇਠ ਬੰਦਾ ਪਲਦਾ, ਤੇ ਜਦੋਂ ਪੰਜਾਬ 'ਚੋਂ 24-25 ਨਵੰਬਰ ਨੂੰ ਲੋਕ ਤੁਰੇ ਸੀ, ਉਹ ਬੋਲੇ ਸੀ, ਉਹਨੇ ਆਪਦੇ ਜਿਕਾਰਿਆਂ ਦੇ ਨਾਲ ਹੀ ਬੈਰੀਕੇਡ ਟੁੱਟੇ ਸੀ, ਚਾਹੇ ਹਰਿਆਣੇ ਵਾਲੇ ਸੱਜਣਾਂ ਨੇ ਅੱਗੋਂ ਸਾਥ ਦਿੱਤਾ ਸੀ, ਤਾਂ ਉਹ ਕੇਸਰੀ ਤੇ ਨੀਲੇ ਨਿਸ਼ਾਨ ਸਾਹਿਬ ਹੀ ਸੀਗੇ, ਤਾਂ ਉਦੋਂ ਬਾਅਦ ਠੀਕ ਹੈ, ਚਲੋ 26 ਜਨਵਰੀ ਨੂੰ ਇਸ ਤਰ੍ਹਾਂ ਇੱਕ ਜਿਹੜਾ ਇੱਕ ਪੁਆਇੰਟ ਬਣ ਜਾਂਦਾ ਵੀ ਚਲੋ ਬਾਕੀ ਰਾਜਾਂ ਵਾਲੇ ਲੋਕ ਵੀ ਆਏ ਆ ਜਿਹੜੇ ਤਿਰੰਗੇ ਨੂੰ ਬਹੁਤ ਜ਼ਿਆਦਾ ਮਹੱਤਤਾ ਦਿੰਦੇ ਆ, ਤਾਂ ਠੀਕ ਹੈ, ਜੇ ਕੋਈ ਲਾਉਣਾ ਚਾਹੁੰਦਾ ਤਾਂ ਖੁਸ਼ੀ ਹੈ, ਤੇ ਆਪਾਂ ਕਿਸੇ ਦਾ ਨਾ ਕਹਿੰਦੇ ਵੀ ਕੋਈ ਜਿਹੜਾ ਵੀ ਲਾਉਣਾ ਚਾਹੁੰਦਾ ਕੇਸਰੀ ਦਾ ਲੱਗੇ ਲੱਗਿਆ, ਜਿੰਦੀ ਬਦੌਲਤ ਅਸੀਂ ਦਿੱਲੀ ਪਹੁੰਚੇ ਉਹਦਾ ਲੱਗੇ ਹੀ ਲੱਗੇ ਆ, ਤੇ ਨਾਲ ਕਿਸਾਨੀ ਦੇ ਕੁਝ ਜਥੇਬੰਦੀਆਂ ਦੇ ਝੰਡੇ ਹੈਗੇ, ਕਿਸਾਨੀ ਜਥੇਬੰਦੀ ਨਾਲ ਹਰ ਇੱਕ ਬੰਦਾ ਕਿਸੇ ਨਾ ਕਿਤੇ ਕੋਈ ਬਹੁਤਾ ਕੋਈ ਥੋੜਾ ਉਹ ਜੁੜਿਆ ਹੋਇਆ, ਇਸ ਤਰ੍ਹਾਂ ਰੰਗ ਬਿਰੰਗੇ ਝੰਡੇ ਜਿਹੜੇ ਆ ਉਹ ਲੱਗੇ ਹੋਏ ਆ, ਤਾਂ ਅਗਵਾਈ ਜਿਹੜੀ ਆ ਉਹ ਸਾਨੂੰ ਸਭ ਨੂੰ ਪਤਾ ਹੀ ਹੈ, ਜਿਹੜੀ ਕਿ ਉਹ ਜਿਹੜਾ ਕਿ ਕੇਸਰੀ ਝੰਡਿਆਂ ਨੇ ਪਹਿਲਾਂ ਵੀ ਕੀਤੀ ਆ ਤੇ ਹੁਣ ਵੀ ਕਰਨਗੇ,
ਤੇ ਟਰੈਕਟਰਾਂ ਦੀ ਜਿਹੜੀ ਤਿਆਰੀ ਹੈ ਉਹ ਵੱਡੇ ਵੱਡੇ ਟਰੈਕਟਰਾਂ ਦੇ ਟਾਇਰ ਪਾਏ ਹੋਏ ਆ, ਚੌੜੇ ਚੌੜੇ ਟਾਇਰ, 4x4 ਜਿਹੜੇ ਟਰੈਕਟਰ ਆ ਉਹ ਇਸ ਤਰ੍ਹਾਂ ਤਿਆਰੀ ਕਰਕੇ ਲੈ ਵੀ ਕਹਿੰਦੇ, ਜੇ ਬੈਰੀਕੇਡ ਖਿੱਚਣੇ ਵੀ ਪਏ ਨਾ ਤੇ ਮਿੰਟ ਜੀ ਦੋਵਾਂ ਦੀ ਗੱਲ ਆ, ਸੰਗਲ ਸੁੰਗਲ ਵੀ ਨਾਲ ਆ ਉਹਨਾਂ ਦੇ ਸਾਰਾ ਕੁਝ। ਕਈ ਟਰੈਕਟਰ ਜਿਵੇਂ ਅਸੀਂ ਕੁਝ ਫੋਟੋਆਂ ਦੇਖੀਆਂ ਸੀ ਨਾ, ਟਰੈਕਟਰਾਂ ਦੀਆਂ ਫੋਟੋਆਂ ਵਾਇਰਲ ਹੋਈਆਂ ਸੀ, ਉਹਨਾਂ ਨੇ ਸਪੈਸ਼ਲ ਸੱਚੀ ਮੁੱਚੀ ਟਰੈਕਟਰ ਪਹੁੰਚੇ ਹੋਏ ਉਹਦੇ ਆਸੇ ਪਾਸੇ, ਏਦਾਂ ਲੋਹੇ ਦੇ ਜਿਹੜੇ ਆ ਸਰੀਏ ਤੇ ਜੰਗਲੇ ਲਾ ਕੇ ਤਿਆਰ ਕਰਾਏ ਵੀ ਜੇ ਲਾਠੀ ਚਾਰਜ ਹੁੰਦਾ ਪਾਣੀ ਦੀਆਂ ਵਿਛਾੜਾਂ ਹੁੰਦੀਆਂ ਤਾਂ ਉਹ ਉਹਨੂੰ ਵੀ ਬਲੋ ਬੇਪਰਵਾਹੀ ਦੇ ਨਾਲ ਉਹ ਝੱਲਦੇ ਹੋਏ ਤੇ ਅੱਗੇ ਨੂੰ ਐਂਟਰੀ ਸਕਣਗੇ। ਇਸ ਤਰ੍ਹਾਂ ਤਿਆਰ ਦੇਖੋ ਕਿਤੇ ਕੱਲ ਰੂਟ ਮੈਪ ਤੋਂ ਸਹਿਜ ਉਸੇ ਤਿਆਰੀ ਨਾਲ ਨਿਕਲ ਜਾਣੇ, ਵੀ ਬੜੀ ਵੱਡੀ ਗਰੀਬ ਗੱਲ ਬਣੀ ਹੋਈ ਹੈ। ਜੀ ਬਿਲਕੁਲ ਤੁਸੀਂ ਕਿਹਾ, ਔਰ ਦੁਨੀਆ ਦੇ ਵਿੱਚ ਅਜਿਹਾ ਜਸਵੀਰ ਜੀ ਅੱਜ ਤੱਕ ਹੋਇਆ ਨਹੀਂ ਕਿ 26 ਜਨਵਰੀ ਨੂੰ ਹੋਣ ਵਾਲੀ ਜਿਹੜੀ ਪਰੇਡ ਹੈ ਇਹਦੇ ਨਾਲ ਨਾਲ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਕੋਈ ਹੋਰ ਪਰੇਡ ਵੀ ਹੋਵੇ, ਪਰ ਇਤਿਹਾਸ ਰਚਨਾ ਇਹ ਪੰਜਾਬੀਆਂ ਦੇ ਲਈ ਕੋਈ ਨਵੀਂ ਗੱਲ ਨਹੀਂ ਹੈ, ਕਿਉਂਕਿ ਪੰਜਾਬੀਆਂ ਨੇ ਇੱਕ ਵਾਰ ਨਹੀਂ ਬਹੁਤ ਵਾਰ ਦਿੱਲੀ ਦੀ ਹਿੱਕ ਤੇ ਕੇਸਰੀ ਝੰਡਾ ਕੱਢਿਆ, ਪਰ ਇਸ ਵਾਰ ਹਰ ਵਰਗ ਜਿਹੜਾ ਉਹ ਆਪਣਾ ਪੂਰਾ ਪੂਰਾ ਯੋਗਦਾਨ ਸੰਘਰਸ਼ ਪਾ ਰਿਹਾ। ਕਿੱਥੋਂ ਕਿੱਥੋਂ ਲੋਕ ਆ ਰਹੇ ਨੇ, ਕਿਸ ਤਰ੍ਹਾਂ ਦਾ ਨਜ਼ਾਰਾ ਹੋਰ ਤੁਹਾਨੂੰ ਆਪਣੇ ਆਸੇ ਪਾਸੇ ਦੇਖਣ ਨੂੰ ਮਿਲ ਰਿਹਾ? ਜੀ ਹਾਂਜੀ ਬਿਲਕੁਲ, ਜਿਹੜਾ ਕਿ ਕਿੱਥੋਂ ਕਿੱਥੋਂ ਵਾਲੀ ਜਿਹੜੀ ਗੱਲ ਹੈ ਨਾ, ਜੋ ਇਸ ਵਕਤ ਬੁੱਝਣੀ ਮੁਸ਼ਕਿਲ ਵਰਗੀ ਗੱਲ ਹੋ ਜਾਂਦੀ ਹੈ, ਕਿਉਂਕਿ ਜਿੱਦਾਂ ਕੁੰਭ ਦਾ ਮੇਲਾ ਹੁੰਦਾ ਨਾ ਉਹ 12 ਸਾਲਾਂ ਬਾਅਦ ਮੁੜ ਆਉਂਦਾ, ਤੇ ਲੋਕਾਂ ਨੇ ਯਾਰ ਕੁੰਭ ਦੇ ਮੇਲੇ ਤੇ ਜਾਣਾ, ਇੱਕ ਵਾਰੀ ਜ਼ਿੰਦਗੀ ਜ਼ਰੂਰ ਜਾਣਾ, ਤੇ ਇਹ ਉਹ ਮੇਲਾ ਮਤਲਬ ਮੇਲਾ ਭਾਵੇਂ ਉਹ ਮੇਲ ਬਣ ਜਾਣਾ ਇਸ ਵਾਰ, ਜਿਹੜਾ ਜ਼ਿੰਦਗੀ 'ਚ ਸ਼ਾਇਦ ਪਹਿਲਾਂ ਤਾਂ ਨਹੀਂ ਸੀ ਆਇਆ। ਸਾਡੇ ਬਜ਼ੁਰਗ ਵੀ ਜਿਹੜੇ ਵੱਡੀ ਉਮਰ ਦੇ ਉਹ ਕਹਿੰਦੇ ਵੀ ਠੀਕ ਆ, ਅਸੀਂ ਵੇਖਿਆ ਸੀ ਉਹ 47 ਦਾ ਉਹ ਜਾੜਾ ਜਾੜਾ ਵੇਖਿਆ ਸੀਗਾ, ਪਰ ਜਿਹੜੀ ਆਹ ਚੀਜ਼ ਹੈ ਨਾ ਵੀ ਚਲੋ ਅਸੀਂ ਆਪਦੇ ਹੱਕਾਂ ਵਾਸਤੇ ਇਕੱਠੇ ਹੋ ਕੇ ਸ਼ਾਂਤਮਈ ਤਰੀਕੇ ਨਾਲ ਜਿਹੜਾ ਕਰ ਰਹੇ ਹਾਂ, ਇਹ ਸਾਡੀ ਜ਼ਿੰਦਗੀ 'ਚ ਪਹਿਲੀ ਹੁੰਦੀ ਹੈ, ਤੇ ਚਲੋ ਆਪਣੀ ਤਾਂ ਉਮਰ ਹੀ ਹਜੇ 25-30 ਸਾਲ ਆ ਤੇ ਆਪਣੀ ਜ਼ਿੰਦਗੀ 'ਚ ਤੇ ਹੈ ਹੀ ਪਹਿਲੀ ਵਾਰੀ, ਤਾਂ ਬਹੁਤ ਸਾਰੇ ਲੋਕ ਉਹਨਾਂ ਸਟੇਟਾਂ 'ਚੋਂ ਆਏ ਆ ਜਿੱਥੇ ਬਹੁਤ ਘੱਟ ਲੋਕ ਖੇਤੀ ਨਾਲ ਜੁੜੇ ਹੋਏ ਆ, ਜਾਂ ਜਿੱਥੇ ਪੂਰਾ ਇਸ ਵਕਤ ਬੀਜੇਪੀ ਦਾ ਰਾਜ ਵੀ ਹੈ ਨਾ ਉਹਨਾਂ ਇਲਾਕਿਆਂ 'ਚੋਂ ਵੀ ਆਇਆ, ਤੇ ਜੇ ਅੱਗੇ ਵੱਡੇ ਤੌਰ ਤੇ ਗੱਲ ਕਰੀਏ ਉਹ ਸਭ ਤੋਂ ਵੱਧ ਗਿਣਤੀ ਦੇ ਵਿੱਚ ਪੰਜਾਬ ਹਰਿਆਣੇ 'ਚੋਂ ਲੋਕ ਜਿਹੜੇ ਪਹੁੰਚ ਰਹੇ, ਉਹ ਤਾਂ ਕਾਫਲੇ ਬਣਾ ਬਣਾ ਕੇ ਵੱਡੇ ਪਹੁੰਚ ਰਹੇ ਹਨ, ਤੋਂ ਇਨ ਤੋਂ ਇਲਾਵਾ ਵੀ ਜਿਹੜਾ ਹੈਗਾ ਉੱਤਰੀ ਭਾਰਤ ਦੀਆਂ ਸਾਰੀਆਂ ਸਟੇਟਾਂ ਛੱਡ ਕੇ ਦੱਖਣੀ 'ਚੋਂ ਵੀ ਆ ਰਹੀਆਂ, ਤੇ ਹੁਣ ਤਾਂ ਮਤਲਬ ਬਹੁਤ ਸਾਰਾ ਅੰਤਰਰਾਸ਼ਟਰੀ ਪੱਧਰ ਦਾ ਮੀਡੀਆ ਦੀਆਂ ਟੀਮਾਂ ਉਚੇਚੇ ਤੌਰ ਤੇ, ਕੱਲ੍ਹ ਅਸੀਂ ਦੇਖਿਆ ਕਿ ਉਹਨਾਂ ਦੀ ਪਛਾਣ ਆ ਜਾਂਦੀ ਹੈ ਉਹਨਾਂ ਦੇ ਕੈਮਰਿਆਂ ਤੋਂ, ਉਹਨਾਂ ਦੀ ਬੋਲਬਾਣੀ ਤੋਂ, ਹਾਂਜੀ ਉਹ ਵੀ ਆ ਰਹੇ ਆ, ਕਿਉਂਕਿ ਉਹ ਕਹਿੰਦੇ ਵੀ ਅਸੀਂ ਇਸ ਚੀਜ਼ ਨੂੰ ਮਤਲਬ ਮਿਸ ਨਹੀਂ ਕਰ ਸਕਦੇ, ਤੇ ਉਸ ਚੀਜ਼ ਦਾ ਪ੍ਰਭਾਵ ਜਿਹੜਾ ਹੈਗਾ ਉਹ ਇੰਡੀਅਨ ਸਿਸਟਮ ਤੇ ਪੁਲਿਸ ਪ੍ਰਸ਼ਾਸਨ ਤੇ ਉਹ ਜ਼ਰੂਰ ਪਊਗਾ, ਕਿ ਜਦੋਂ ਅੰਤਰਰਾਸ਼ਟਰੀ ਪੱਧਰ ਦਾ ਮੀਡੀਆ ਇੱਥੇ ਪਹੁੰਚੂਗਾ ਇਸ ਰੈਲੀ ਨੂੰ, ਜਿਹੜਾ ਕਿ ਕਿਸਾਨਾਂ ਦੇ ਇਸ ਪ੍ਰਦਰਸ਼ਨ ਨੂੰ ਕਵਰ ਕਰਨ ਦੇ ਵਾਸਤੇ, ਤੇ ਉਹ ਇੱਕ ਬੜਾ ਵੱਡਾ ਜਿਹੜਾ ਉਹ ਸਮਾਂ ਬਣ ਜਾਊਗਾ, ਤਾਂ ਬਹੁਤ ਸਾਰੇ ਇਲਾਕਿਆਂ 'ਚੋਂ ਜਿਹੜੇ ਲੋਕ ਹੈਗੇ ਆ ਇਹਦੇ 'ਚ ਬੜੀ ਉਤਸੁਕਤਾ ਦੇ ਨਾਲ, ਕਿ ਨਾ ਜਿਵੇਂ ਤਾਂਘ ਹੁੰਦੀ ਹੈ, ਜਿਵੇਂ ਮੰਨ ਲਓ ਆਪਾਂ ਬੜੀ ਖਾਸ ਜੀ ਰਿਸ਼ਤੇਦਾਰੀ ਜਾਂਦੇ ਤੇ ਇਹਨਾਂ ਦੀ ਬਰਾਤ ਜਾਣੀ ਆ, ਇਹਨੂੰ ਮੈਨੂੰ ਮੈਂ ਇਹਦੇ ਨਾਲ ਜੋੜ ਸਕਦਾ, ਉਹ ਕਹਿੰਦੇ ਬਰਾਤ ਜਾਣ ਵਾਸਤੇ ਬੜਾ ਚਾਅ ਹੁੰਦਾ ਵੀ ਮੈਂ ਸੋਹਣਾ ਲੱਗਾ, ਮੈਂ ਤਿਆਰੀ ਕਰਾਂ, ਮੇਰੀ ਗੱਡੀ ਸ਼ਿੰਗਾਰੀ ਹੋਵੇ, ਐਂ ਜਿਵੇਂ ਕੁਛ ਗੀਤ ਵੀ ਆਏ ਨਾ ਦਿੱਲੀ ਜਾਣੀ ਆ ਗਿਆ ਪੰਜਾਬ ਰੰਗਲਾ ਮਕਲਾਵਾ ਲੈਣ ਨੂੰ, ਮਤਲਬ ਜਿਵੇਂ ਮੁੰਡਿਆਂ ਦਾ ਸੁਭਾਅ ਤੁਹਾਨੂੰ ਪਤਾ ਹੁੰਦਾ, ਤੇ ਉਹ ਪੂਰੀ ਤਿਆਰੀ ਆ, ਕਿਸੇ ਨੇ ਫੁੱਲ ਲਾਏ ਆ, ਕੋਈ ਹਾਰ ਪਾਈ ਬੈਠਾ, ਕੋਈ ਉੱਚੀ ਆਵਾਜ਼ 'ਚ ਉਹਨੇ ਗੀਤ ਲਾਏ ਆ, ਤੇ ਸਾਰੀ ਰਾਤ ਲਗਾਤਾਰ ਨਾ ਸਾਰੀ ਰਾਤ ਜਿਹੜਾ ਉਹ ਗਹਿਮਾ ਗਹਿਮੀ ਚੱਲਦੀ ਰਹੀ, ਤੇ ਇਸ ਵਕਤ ਵਹੀਕਲ ਤਾਂ ਜਿਹੜੇ ਬਿਲਕੁਲ ਉਹ ਇਹ ਫਸ ਗਏ ਆ ਇੱਕ ਦੂਜੇ ਨਾਲ, ਜਿਹੜਾ ਰੋਡ ਜਾਮ ਹੋ ਗਿਆ, ਲੋਕ ਤੁਰ ਕੇ ਸਟੇਜ ਵੱਲ ਨੂੰ ਜਾ ਰਹੇ ਹੁਣ, ਤੁਰ ਕੇ ਪੂਰਾ ਪੈਦਲ ਘੱਟੋ ਘੱਟ 20-25 ਕਿਲੋਮੀਟਰ ਜਿਹੜਾ ਕਾਫਲਾ ਉਹ ਪੈਦਲ ਬਣ ਗਿਆ, ਜਿਹੜਾ ਪਹਿਲਾਂ 10-12 ਕਿਲੋਮੀਟਰ ਸੀ, ਪਿੱਛੇ ਲੱਖਾਂ ਦੀ ਗਿਣਤੀ ਜਿਹੜੇ ਵਹੀਕਲ ਆ ਉਹ ਫਸ ਗਏ, ਕਿਉਂਕਿ ਅੱਗੇ ਹੁਣ ਗਾਂ ਕਿਹੜਾ ਜਗ੍ਹਾ ਖੁੱਲੀ ਆ, ਅੱਗੇ ਤਾਂ ਬੈਰੀਗੇਡ ਲੱਗੇ ਹੋਏ ਆ, ਇੱਥੇ ਪਾਰਕਿੰਗ ਵੀ ਹੈ ਨਹੀਂ, ਤੇ ਖੇਤਾਂ ਦੇ ਵਿੱਚ ਜਿੱਥੇ ਕਿਸੇ ਨੂੰ ਜਗ੍ਹਾ ਮਿਲਦੀ ਹੈ ਉਹ ਉੱਥੇ ਗੱਡੀਆਂ ਲਾ ਕੇ ਲੋਕ ਕਰਕੇ ਆਪਦਾ ਅੱਗੇ ਨੂੰ ਜਾ ਰਿਹਾ ਜੀ। ਜੀ ਬਿਲਕੁਲ ਜਸਵੀਰ ਜੀ, ਜਿਵੇਂ ਤੁਸੀਂ ਦੱਸ ਰਹੇ ਹੋ ਨਾ, ਅਸੀਂ ਇਮੇਜਿਨ ਕਰ ਰਹੇ ਹਾਂ ਔਰ ਸਾਡੇ ਤਮਾਮ ਸੁਣਨ ਵਾਲੇ ਅਮਰੀਕਾ ਦੇ ਵਿੱਚ ਬੈਠੇ ਵੀ ਇਸ ਗੱਲ ਨੂੰ ਇਮੇਜਿਨ ਕਰ ਰਹੇ ਹੋਣਗੇ, ਔਰ ਬਿਲਕੁਲ ਖੈਰ ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਅਸੀਂ ਤੁਹਾਡੇ ਵੱਲੋਂ ਪੋਸਟ ਕੀਤੀਆਂ ਜਾਂਦੀਆਂ ਨੇ, ਅਸੀਂ ਲਗਾਤਾਰ ਤਸਵੀਰਾਂ ਵੀ ਦੇਖਦੇ ਰਹਿੰਦੇ ਹਾਂ, ਵੀਡੀਓਜ਼ ਵੀ ਦੇਖਦੇ ਰਹਿੰਦੇ ਹਾਂ, ਪਰ ਵਾਕਈ ਇਹ ਇਤਿਹਾਸ ਹੈ, ਔਰ ਇਹ ਹੁਣ ਭਾਵੇਂ ਬੱਚੇ ਹੋਣ ਜਾਂ ਔਰਤਾਂ ਅਤੇ ਬਜ਼ੁਰਗ, ਕਿਉਂਕਿ ਇਸ ਵਾਰੀ ਗੱਲ ਜਿਹੜੀ ਉਹ ਕੇਵਲ ਕਿਸਾਨਾਂ ਦੀ ਨਹੀਂ ਹੈ, ਹਰ ਉਸ ਇਨਸਾਨ ਦੀ ਹੈ ਜੋ ਰੋਟੀ ਖਾਂਦਾ ਹੈ। ਤੇ ਇਸ ਵਕਤ ਜਸਵੀਰ ਮੈਂ ਇਹ ਵੀ ਜ਼ਰੂਰ ਗੱਲ ਕਰੂੰਗੀ ਕਿ ਸਰਕਾਰ ਜੋ ਹੈ ਉਹ ਇਸ ਸੰਘਰਸ਼ ਨੂੰ ਖਤਮ ਕਰਨ ਦੇ ਲਈ ਆਪਣਾ ਪੂਰਾ ਜ਼ੋਰ ਵੀ ਲਾ ਰਹੀ ਹੈ, ਸਰਕਾਰ ਦਾ ਜਿਹੜਾ ਰਵੱਈਆ ਉਹ ਕਿਸ ਤਰ੍ਹਾਂ ਦਾ ਨਜ਼ਰ ਆ ਰਿਹਾ, ਤੇ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ, ਸੁਰੱਖਿਆ ਨੂੰ ਲੈ ਕੇ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ? ਜੀ ਇਹ ਬਹੁਤ ਅਹਿਮ ਗੱਲ ਜਿਹੜੀ ਤੁਸੀਂ ਕੀਤੀ ਹੈ, ਵਾਕਿਆ ਸਾਨੂੰ ਪਤਾ ਹੀ ਸ਼ੁਰੂ ਤੋਂ ਲੈ ਕੇ ਸਰਕਾਰ ਜਿਹੜੀ ਸੀ ਉਹ ਸਿੱਧੇ ਜਾਂ ਅਸਿੱਧੇ ਤੌਰ ਦੇ ਵਿੱਚ ਇਹ ਸੰਘਰਸ਼ ਨੂੰ ਬਦਨਾਮ ਕਰਨ ਦੇ ਵਿੱਚ, ਇਹਨਾਂ ਨੂੰ ਫੇਲ ਕਰਨ ਦੇ ਵਿੱਚ ਜ਼ੋਰ ਲਾ ਰਹੀ ਸੀ। ਤਾਂ ਬੀਤੇ 4 ਦਿਨ ਪਹਿਲਾਂ ਜਿੱਦਾਂ ਪ੍ਰੈਸ ਕਾਨਫਰੰਸ ਕਿਸਾਨਾਂ ਨੇ ਕੀਤੀ ਸੀ, ਇੱਕ ਜਿਹੜਾ ਸ਼ਰਾਰਤੀ ਬੰਦਾ ਸੀ, ਸ਼ਰਾਰਤਾਂ ਨਹੀਂ ਬਲਕਿ ਉਹਨੂੰ ਜਿੱਦਾਂ ਕੋਈ ਅਸੀਂ ਅੱਤਵਾਦੀ ਸ਼ਬਦ ਵੀ ਵਰਤ ਸਕਦੇ ਹਾਂ, ਕਿਉਂਕਿ ਉਹ ਮਾਹੌਲ ਦੇ ਵਿੱਚ ਹਥਿਆਰ ਲੈ ਕੇ ਪਹੁੰਚਿਆ ਸੀ, ਔਰ ਉਹ ਉਹਨੇ ਕੁਛ ਪੁਲਿਸ ਅਧਿਕਾਰੀਆਂ ਤੱਕ ਦੇ ਨਾਮ ਵੀ ਲਏ ਸੀ, ਨਾਮ ਲਿਆ ਸੀ ਉਹਨੇ ਇੱਕ ਹਰਿਆਣਾ ਦੇ
ਕਿਸਾਨ ਲੀਡਰਾਂ ਨੇ ਲਾਈਵ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਤੋਂ ਵੱਡੇ ਖੁਲਾਸੇ ਕਰਵਾਏ। ਉਹਨਾਂ ਸਾਡੇ ਨਾਲ ਕੁਝ ਕੁੜੀਆਂ ਵੀ ਹੈ, ਅਸੀਂ 4 ਕਿਸਾਨ ਲੀਡਰ ਜਿਹੜੇ ਨਿਸ਼ਾਨੇ ਤੇ ਰੱਖੇ ਹੋਏ, ਅਸੀਂ ਉਹਨਾਂ ਨੂੰ ਗੋਲੀ ਮਾਰਨੀ ਹੈ। 26 ਜਨਵਰੀ ਦੀ ਪਰੇਡ ਜਿਹੜੀ ਹੈ ਉਹਦੇ ਵਿੱਚ ਵੀ ਸਾਡੀ ਪਲੈਨਿੰਗ ਹੈ ਵੀ ਜਦੋਂ ਪੁਲਿਸ ਰੋਕੂਗੀ ਤਾਂ ਅਸੀਂ ਉੱਥੇ ਜਾ ਕੇ ਅਗਵਾਈ ਕਰਕੇ ਜਾਣ ਕੇ ਜਿਹੜਾ ਪੁਲਿਸ ਨਾਲ ਪੰਗਾ ਲਾਵਾਂਗੇ, ਫਿਰ ਲੋਕਾਂ ਦੀਆਂ ਲੱਤਾਂ 'ਚ ਗੋਲੀਆਂ ਮਾਰਾਂਗੇ। ਇਸ ਤਰ੍ਹਾਂ ਦੀਆਂ ਉਹਨੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਲਾਈਵ ਹੈਗੀਆਂ, ਇੱਕ ਵੀ ਮੈਂ ਗੱਲ ਆਪਦੇ ਕੋਲੋਂ ਨਹੀਂ ਕਹੀ, ਉਹਨੇ ਇੱਡੀਆਂ ਵੱਡੀਆਂ ਗੱਲਾਂ ਕਬੂਲੀਆਂ ਸੀ। ਤਾਂ ਜਦੋਂ ਬੰਦਾ ਪੁਲਿਸ ਕੋਲ ਚਲਾ ਗਿਆ, ਹਰਿਆਣਾ ਪੁਲਿਸ ਨੇ ਉਹਨੂੰ ਲੈ ਗਈ, ਪੁਲਿਸ ਨੂੰ ਇਹਨਾਂ ਨੇ ਸੌਂਪਤਾ ਵੀ ਲਓ ਭਾਈ ਹੁਣ ਪੁਲਿਸ ਲੈ ਜਾਵੇ ਕਾਰਵਾਈ ਕਰੋ, ਤਾਂ ਉਦੋਂ ਜਿਹੜਾ ਅਗਲੇ ਦਿਨ ਉਹਦੀ ਵੀਡੀਓ ਆ ਜਾਂਦੀ ਹੈ ਜੀ, ਨਹੀਂ ਨਹੀਂ ਜੀ ਮੈਨੂੰ ਤਾਂ ਕਿਸਾਨਾਂ ਨੇ ਇਹ ਗੱਲਾਂ ਸਾਰੀਆਂ ਜਿਹੜੀਆਂ ਦਬਾ ਚ ਆ ਕੇ ਕਹੀਆਂ, ਮੈਂ ਤਾਂ ਮਾਮੇ ਦੇ ਕੁੜੀ ਦੇ ਤੇ ਏਦਾਂ ਕੋਈ ਫੰਕਸ਼ਨ ਤੇ ਚੱਲਿਆ ਸੀ, ਇਹ ਮਾਹੌਲ ਇਹ ਕਿੱਡੀ ਵੱਡੀ ਗੱਲ ਆ ਜੀ, ਇਸ ਤਰ੍ਹਾਂ ਦੀ ਪਲੈਨਿੰਗ। ਤਾਂ ਨਾਲ ਹੀ ਰਾਤ ਦੀ ਜਿਹੜੀ ਗੱਲ ਹੈ, ਟਿੱਕਰੀ ਬਾਰਡਰ ਤੇ ਜਿਹੜਾ ਕਿ ਬੰਦੇ ਫੜੇ ਗਏ ਆ, ਕੁਛ ਉਹਨਾਂ ਦੇ ਕੋਲੇ ਹਥਿਆਰ ਸੀਗੇ, ਪਿਸਤੌਲ ਸੀ, ਇਹ ਰਾਤ ਦੀ ਲਗਭਗ 2:30 ਵਜੇ ਦੀ ਗੱਲ ਆ, ਅੱਧੀ ਰਾਤ ਦੀ। ਤੇ ਕੱਲ ਸ਼ਾਮ ਨੂੰ ਕੁੰਡਲੀ ਬਾਰਡਰ ਤੇ ਵੀ ਇੱਕ ਕੱਲ ਦਿਨੇ ਜਿਹੜਾ ਇੱਕ ਟਰੱਕ ਫੜਿਆ ਗਿਆ, ਜਿਹਦੇ 'ਚ ਪੁਲਿਸ ਦੀਆਂ ਵਰਦੀਆਂ ਸੀਗੀਆਂ। ਹੁਣ ਵਰਦੀ ਦਾ ਬੰਦਾ ਘਰੋਂ ਪਾ ਕੇ ਆਉਂਦਾ, ਦੁਬਾਰੇ ਵਰਦੀਆਂ ਕੌਣ ਛੱਡ ਗਿਆ? ਉੱਥੇ ਲਵਾਰਸ ਟਰੱਕ ਸੀ, ਪਰਸੋਂ ਇੱਕ ਕਾਰ ਫੜੀ ਗਈ ਹੈ ਜਿਹਦੇ 'ਚ ਕੁਛ ਪੁਲਿਸ ਦਾ ਸਮਾਨ ਸੀਗਾ, ਕੋਈ ਲਾਠੀਚਾਰਜ ਕਰਨ ਦਾ ਸਮਾਨ ਸੀ ਜਾਂ ਕੋਈ ਕੁਛ ਵਰਦੀਆਂ ਸੀਗੀਆਂ। ਤਾਂ ਇਹ ਸਭ ਕੁਛ ਵਾਪਰ ਰਿਹਾ ਨਾਲ ਨਾਲ, ਜਿਹੜਾ ਕਿ ਮਤਲਬ ਬਹੁਤ ਜ਼ਿਆਦਾ ਖਤਰਨਾਕ ਜਿਹਾ ਵੀ ਕਹਿ ਸਕਦੇ ਹਾਂ ਵੀ ਇਹਦੇ ਪਿੱਛੇ ਕਿਹਦੀ ਪਲੈਨਿੰਗ ਹੈ, ਕੀ ਸਰਕਾਰ ਕੀ ਬੀਜੇਪੀ ਪਾਰਟੀ ਦੀ ਸਿੱਧੇ ਰੂਪ 'ਚ ਕਹਿ ਦਈਏ ਜਾਂ ਕਿਸੇ ਤੀਜੇ ਬੰਦੇ ਦੀ ਹੈ, ਜਿਹੜਾ ਇਸ ਮਾਹੌਲ ਦੇ ਵਿੱਚ ਕੋਈ ਆਪਦਾ ਤੀਜੇ ਕੋਈ ਸਿਆਸੀ ਪਾਰਟੀ ਜਾਂ ਕੋਈ ਹੋਰ ਜਥੇਬੰਦੀ ਜਾਂ ਕੋਈ ਵੀ ਜਿਹੜਾ ਧੜਾ ਉਹ ਫਾਇਦਾ ਲੈਣਾ ਚਾਹੁੰਦਾ, ਤਾਂ ਇਹ ਨਾਲ ਜਿਹੜੀ ਲੋਕਾਂ ਦੇ ਵਿੱਚ ਸਹਿਮ ਦਾ ਵੀ ਜਿਹੜਾ ਮਾਹੌਲ ਜਿਹਾ ਹੈਗਾ ਉਹ ਬਣਿਆ ਹੋਇਆ, ਇਹ 'ਚ ਕੋਈ ਦੋ ਰਾਏ ਨਹੀਂ, ਕਿਉਂਕਿ ਇੱਥੇ ਨਿੱਕੇ ਬੱਚੇ ਆ, ਇੱਥੇ ਬਜ਼ੁਰਗ ਬੀਬੀਆਂ ਵੀ ਹੈ, ਔਰ ਸਾਡੇ ਮਹਿੰਗੇ ਮਹਿੰਗੇ ਵਹੀਕਲ ਆ। ਕੋਈ ਜਿੰਨਾ ਕੁ ਪੈਸਾ ਇਸ ਸੰਘਰਸ਼ ਤੇ ਅਸੀਂ ਲਾ ਰਹੇ ਹਾਂ ਨਾ, ਹੁਣ ਮੰਨ ਲਓ 1 ਲੱਖ ਟਰੈਕਟਰ ਪੰਜਾਬ 'ਚੋਂ ਕਹਿ ਰਹੇ ਆ ਰਿਹਾ, ਤਾਂ ਇੱਕ ਟਰੈਕਟਰ ਜਿਹੜਾ ਤੁਸੀਂ ਜ਼ਿਆਦਾ ਹੀ ਨਹੀਂ ਤੇ ਇੱਕ ਪਾਸੇ ਦਾ ਤੇਲ 7-8 ਹਜ਼ਾਰ ਦਾ ਲਓ, ਹਲਕੇ ਜਿਹੜੇ 4x4 ਆ ਉਹ ਤਾਂ 10-15 ਹਜ਼ਾਰ ਨੂੰ ਹੱਥ ਮਾਰਦੇ ਆ, ਤਾਂ ਕਿੰਨੇ ਕਰੋੜ ਦਾ ਤੇਲ ਅਸੀਂ ਬਾਲ ਕੇ ਆ ਰਹੇ ਹਾਂ, ਕਿੰਨੇ ਜਿਹੜੇ ਕਿ ਅਰਬ ਤੱਕ ਦੇ ਵਹੀਕਲ ਜਿਹੜੇ ਇੱਥੇ ਸਾਡੇ ਪਹੁੰਚੇ ਹੋਏ, ਜੇ ਕੋਈ ਅਣਸਕਾਮੀ ਘਟਨਾ ਵਾਪਰਦੀ ਹੈ ਤਾਂ ਉਹ ਬਹੁਤ ਜਿਹੜਾ ਸਾਨੂੰ ਮਹਿੰਗਾ ਪਊਗਾ। ਤਾਂ ਇਹਦੇ ਵਾਸਤੇ ਉਤਸੁਕਤਾ ਨਾਲ ਜਿੱਥੇ ਲੋਕਾਂ ਨੂੰ ਚਾਹਦਾ, ਲੋਕ ਖੁਦ ਕਾਇਮ ਵੀ ਹੈ, ਪਹਿਰੇਦਾਰੀ ਆਪ ਕਰ ਰਹੇ ਆ, ਬੇਸ਼ੱਕ ਜਿਹੜੇ ਨੌਜਵਾਨ ਰਾਤ ਨੂੰ ਪਹਿਰੇਦਾਰੀ ਕਰਦੇ ਉਹ ਵੀ ਪੂਰੇ ਜਿਹੜੇ ਹੈਗੇ ਆ ਕਾਇਮ ਆ, ਤੇ ਲੋਕ ਵੀ ਨਾਲ ਕਾਇਮ ਆ, ਪਰ ਸਰਕਾਰ ਜਾਂ ਸਰਕਾਰ ਦੀਆਂ ਕੋਈ ਏਜੰਸੀਆਂ ਜਾਂ ਕੋਈ ਜਿਹੜੇ ਕਿਸਾਨ ਵਿਰੋਧੀ ਲੋਕ ਆ, ਕੋਈ ਵੀ ਹੋਣ, ਕਿਸਾਨ ਵਿਰੋਧੀ ਪਾਰਟੀਆਂ ਹੋਣ, ਉਹ ਕਰਤੂਤਾਂ ਕਰਨ 'ਚ ਪਿੱਛੇ ਨਹੀਂ ਰਹਿ ਰਹੀਆਂ। ਮੈਂ ਲਗਾਤਾਰ 3-4 ਘਟਨਾਵਾਂ ਤੁਹਾਨੂੰ ਦੱਸ ਹੀ ਦਿੱਤੀਆਂ ਜਿਹੜੀਆਂ ਵਾਪਰੀਆਂ ਜੀ। ਬਿਲਕੁਲ, ਤੁਸੀਂ ਬਹੁਤ ਵਧੀਆ ਢੰਗ ਦੇ ਨਾਲ ਜਿਹੜੀ ਜਾਣਕਾਰੀ ਹੈ ਸਾਨੂੰ ਉੱਥੋਂ ਦੇ ਬਾਰੇ ਦੱਸ ਰਹੇ ਹੋ, ਤੇ ਇਹ ਜਿਹੜਾ ਹੁਣ ਪਰੇਡ ਹੈ, ਟ੍ਰੈਕਟਰ ਪਰੇਡ ਹੋਣੀ ਹੈ, ਬੜੀ ਸ਼ਾਂਤਮਈ ਢੰਗ ਦੇ ਨਾਲ ਹੋਵੇ, ਤੇ ਇਸ ਲਈ ਕਿਹੜੀਆਂ ਕਿਹੜੀਆਂ ਗੱਲਾਂ ਦਾ ਖਾਸ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ, ਕਿਉਂਕਿ ਤੁਸੀਂ ਇਸ ਵਕਤ ਉੱਥੇ ਦੇਖ ਰਹੇ ਹੋ ਆਪਣੇ ਆਸ ਪਾਸ ਮਾਹੌਲ ਜਿਹੜਾ ਹੈ ਜਿਸ ਤਰ੍ਹਾਂ ਦਾ ਬਣ ਰਿਹਾ, ਤੇ ਤੁਹਾਨੂੰ ਕੀ ਲੱਗ ਰਿਹਾ ਵੀ ਕਿਹੜੀਆਂ ਗੱਲਾਂ ਬਹੁਤ ਜ਼ਰੂਰੀ ਨੇ ਧਿਆਨ ਦੇਣ ਵਾਲੀਆਂ? ਜੀ ਹਾਂਜੀ ਬਿਲਕੁਲ, ਇਹ ਇਹਦੇ 'ਤੇ ਹੀ ਜਿਹੜਾ ਕੱਲ੍ਹ ਸੰਯੁਕਤ ਕਿਸਾਨ ਮੋਰਚਾ ਨੇ ਵੀ ਜਦੋਂ ਪ੍ਰੈਸ ਕਾਨਫਰੰਸ ਕੀਤੀ ਸੀ, ਕੁਛ ਉਹਨਾਂ ਨੇ ਵੀ ਨੁਕਤੇ ਜਿਹੜੇ ਆ ਉਹ ਧਿਆਨ 'ਚ ਲਿਆਂਦੇ ਆ, ਔਰ ਜਿੱਦਾਂ ਉਹਨਾਂ ਨੂੰ ਸੁਝਾਅ ਮੀਡੀਆ ਨੇ ਵੀ ਦਿੱਤੇ, ਆਮ ਲੋਕਾਂ ਨੇ ਵੀ ਦਿੱਤੇ ਵੀ ਸਭ ਤੋਂ ਵੱਡੀ ਇੱਥੇ ਚੁਣੌਤੀ ਇਹ ਬਣ ਜਾਣੀ ਵੀ ਸਭ ਬਹੁਤ ਵੱਡੀ ਗਿਣਤੀ 'ਚ ਲਗਭਗ 10 ਲੱਖ ਤੋਂ ਵੱਧ ਲੋਕ ਉਹ ਦਿੱਲੀ ਪਹੁੰਚ ਗਏ ਜਾਂ ਪਹੁੰਚ ਜਾਣੇ ਅੱਜ ਰਾਤ ਤੱਕ। 10 ਲੱਖ ਕਹਿ ਦੇਣੇ ਛੋਟੇ ਹੁੰਦੇ ਆ, ਦਿੱਲੀ ਭੀੜ ਭਾੜ ਵਾਲਾ ਇਲਾਕਾ, ਸਾਨੂੰ ਪਤਾ ਦਿੱਲੀ ਦਾ ਨੇੜਲਾ ਇਲਾਕਾ ਵੀ ਜਿੱਥੇ ਤੱਕ ਟਰੈਕਟਰ ਮਾਰਚ ਨੇ ਜਾਣਾ, ਕਿਉਂਕਿ ਦਿੱਲੀ ਤਾਂ ਅਸੀਂ ਐਂਟਰ ਹੋ ਹੀ ਨਹੀਂ ਰਹੇ, ਉੱਥੋਂ ਵੀ ਭੀੜ ਭਾੜ ਵਾਲੇ ਇਲਾਕੇ ਆ, ਨੰਗਲੋਈ ਆ ਜਾਂ ਉਰਲੀ ਸਾਈਡ ਤੇ ਕਾਂਝਾ ਵਾਲਾ ਜਾਂ ਜਿੰਨੇ ਵੀ ਹੈਗੇ ਆ, ਉਹ ਇੱਕ ਬੜੀ ਵੱਡੀ ਚੁਣੌਤੀ ਹੋਊਗੀ ਵੀ ਕੋਈ ਬਾਹਰੀ ਲੋਕ ਜਿਹੜੇ ਇਸ ਸੰਘਰਸ਼ ਨੂੰ ਪਹਿਲਾਂ ਵੀ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਕਿਸਾਨ ਵਿਰੋਧੀ, ਉਹ ਕੋਈ ਜਿਹੜੀ ਆ ਸ਼ਰਾਰਤ ਨਾ ਕਰ ਦੇਣ, ਕਿਉਂਕਿ ਹੁਣ ਦੇਖੋ ਕਿਸੇ ਦੇ ਮੱਥੇ ਤੇ ਤਾਂ ਲਿਖਿਆ ਨਹੀਂ ਵੀ ਇਹ ਕਿਸਾਨ ਹੈ ਜਾਂ ਇਹ ਕਿਸਾਨ ਵਿਰੋਧੀ ਹੈ, ਕਿਉਂਕਿ ਇੱਥੇ ਹਰ ਇਲਾਕੇ ਚੋਂ ਲੋਕ ਆ, ਔਰ ਚਿਹਰੇ ਜਿੱਦਾਂ ਆਮ ਕਈ ਵਾਰੀ ਅਸੀਂ ਪਛਾਣ ਲੈਂਦੇ ਵੀ ਇਹ ਪੰਜਾਬ ਦਾ ਨਹੀਂ ਹੈ, ਕੋਈ ਬਾਹਰਲਾ ਲੱਗਦਾ, ਪਰ ਇੱਥੇ ਤਾਂ ਬਾਹਰਲੇ ਵੀ ਸਾਡੇ ਸੱਜਣ ਸਾਡਾ ਸਾਥ ਦੇਣ ਪਹੁੰਚੇ ਹੋਏ ਆ, ਤਾਂ ਇਹ ਜਿਹੜੀ ਇੱਕ ਬੜੀ ਵੱਡੀ ਗੱਲ ਹੋਊਗੀ। ਪੂਰਾ ਕਾਇਮ ਹੋਣ ਵਾਸਤੇ ਉਹਨਾਂ ਨੇ ਖਾਸ ਕਰਕੇ ਕੁਛ ਗੱਲਾਂ ਕਹੀਆਂ ਵੀ ਬਾਹਰੀ ਲੋਕਾਂ ਦੇ ਧਿਆਨ ਰੱਖਿਆ ਜਾਵੇ, ਉਹਨਾਂ ਦੇ ਬੋਲਬਾਣੀ ਤੇ, ਉਹਨਾਂ ਦੇ ਜਿਹੜਾ ਕਿ ਹੱਥਾਂ ਦੇ ਵਿੱਚ ਕੋਈ ਜਿਹੜੇ ਮਾਟੋ ਫੜੇ ਹੋਏ ਆ, ਕੋਈ ਜਿਹੜੇ ਲਿਖੇ ਹੋਏ ਨਾਅਰੇ ਵਗੈਰਾ ਫੜੇ ਹੋਏ ਆ ਉਹਨਾਂ ਤੇ, ਉਹਨਾਂ ਦੇ ਕੈਮਰਿਆਂ ਤੇ, ਉਹਨਾਂ ਦੇ ਹੱਥਾਂ ਤੇ ਕੀ ਕਿਸੇ ਕੋਲ ਕੋਈ ਉਸ ਤਰ੍ਹਾਂ ਦੀ ਚੀਜ਼ ਤਾਂ ਨਹੀਂ ਗੀ, ਜਾਂ ਉਹਨਾਂ ਦੇ ਜਿਹੜੇ ਨਾਅਰੇ ਆ ਕੁਛ ਉਸ ਤਰ੍ਹਾਂ ਦੇ ਤੇ ਨਹੀਂ ਗੇ ਜਿਹੜੇ ਕਿਸਾਨ ਸੰਘਰਸ਼ ਤੋਂ ਕਈ ਗੁਣਾ ਵੱਖਰੇ ਆ, ਹਨਾ? ਤਾਂ ਕਿਉਂਕਿ ਅਸੀਂ ਇੱਥੇ ਜਿਸ ਮਸਲੇ ਨੂੰ ਲੈ ਕੇ ਪਹੁੰਚੇ ਹੋਏ ਆ, ਪੰਜਾਬ ਦੇ ਹੱਕਾਂ ਨੂੰ ਲੈ ਕੇ, ਸਾਡੇ ਹੋਂਦ ਨੂੰ ਲੈ ਕੇ ਜਾਂ ਕਿਸਾਨੀ ਦੇ ਮਸਲੇ ਨੂੰ ਲੈ ਕੇ, ਬਸ ਇਹਦੇ 'ਤੇ ਹੀ ਜਿਹੜਾ ਸਾਡਾ ਧਿਆਨ ਕੇਂਦਰਿਤ ਹੋਣਾ ਚਾਹੀਦਾ, ਤੇ ਕਿਸਾਨ ਵਿਰੋਧੀ ਲੋਕਾਂ ਦੀ ਪਛਾਣ ਜਿਹੜੀ ਹੈ ਉਹ ਕਰਨੀ ਸੌਖੀ ਤਾਂ ਨਹੀਂ ਗੀ, ਪਰ ਇੰਪੋਸੀਬਲ ਵੀ ਨਹੀਂ ਗੀ, ਕਿਉਂਕਿ ਜਿੱਦਾਂ ਚੋਰ ਪੈੜ ਛੱਡ ਜਾਂਦਾ ਹੁੰਦਾ ਨਾ, ਪਛਾਣੇ ਜਾਂਦੇ ਆ, ਜਿਹੜੇ ਲੋਕ ਰੋਜ਼ ਲਗਾਤਾਰ ਫੜੇ ਜਾ ਰਹੇ ਆ ਉਹ ਇਸੇ ਕਰਕੇ ਫੜੇ ਜਾ ਰਹੇ ਆ ਵੀ ਜਿਹੜੇ ਕਿਸਾਨ ਸੰਘਰਸ਼ ਦੇ ਵਿੱਚ ਲੋਕ ਪੂਰੇ ਦਿਲੋਂ ਸਾਥ ਦੇ ਰਹੇ ਆ ਨਾ, ਉਹ ਪੂਰੇ ਕਾਇਮ ਆ, ਜਦੋਂ ਕੋਈ ਕੋਲੋਂ ਲੰਘਦਾ ਉਹਦੇ ਬੋਲਬਾਣੀ ਵੱਲ ਧਿਆਨ ਰੱਖਦੇ ਆ, ਕਿਉਂਕਿ ਪਤਾ ਲੱਗ ਜਾਂਦਾ ਵੀ
बिल्कुल सही किया तुसी। और ये जिहड़ा हाल है ना, ये सिर्फ दिल्ली बॉर्डरां दा ही नहीं है, बल्कि पूरे पंजाब, पूरे भारत दे विच असीं जदों भी कितों भी रस्ते दे विचों लंघदे आ, ते उत्थे जिहड़े झंडे ने, माटो ने, ओह बिल्कुल जिहड़े नारे ने ओह लगा रहे हुंदे ने। सो थां थां ते जिहड़ा समर्थन है ओह बिल्कुल किसानी संघर्ष नूं मिल रिहा है। हुण 26 जनवरी दा दिन जिहड़ा वाकई देखण वाला होएगा, कल नूं पंजाब फिर तों जिहड़ा इतिहास है ओह रचन जा रहा है, जो कि आने वाली जिहड़ियां नस्लां ने उन्हां नूं हमेशा याद रहेगा। पूरे देश दे जिहड़े किसान ने एकजुट होके इस ट्रैक्टर परेड दा जिहड़ा हिस्सा है ओह बणनगे, और पूरे देश दे किसान भरावां दी जिहड़ी एकता एक दिन जरूर रंग लियावेगी, ते सरकार नूं इहनां दीआं मंगां जिहड़ियां जरूर मंनणियां पैणगियां। तो ए एकके नूं जरूर असीं सलाम करदे हां। ते जसवीर जी, तुहाडी भी बहादुरी दी असीं मिसाल देने हां, और क्योंकि तुसी भी डटे हुए हो इस मोर्चे दे विच और पल पल दीयां खबरां जानकारियां साझियां कर रहे हो, हालांकि तुहानू खुद नू भी इस चीज दा बहुत खमियाजा जिहड़ा भुगतना पिया पिछले दिनां दे विच। तुहाडे लई खबर जिहड़ी है ओह आई सी कि NIA वल्लों ते तुहानू नोटिस भेजिया गया सीगा, तुसी उस बारे की कहोगे? हाँ जी, ऐ हुंदा जी, मतलब समा जदों पुराना समा सीगा ना, जदों चलो महाराज गुरु महाराज दे समा जां बाबा बंदा सिंह बहादुर दा समा जां उदों ओह समा जदों उदों दे जिहड़े शासक सी बड़े हंकार दे विच, सत्ता दे जिहड़े हंकार दी सत्ता उहनां नूं अक्खां ते चढ़ गई सी, ते आम लोग जिहड़ी प्रजा सी उह दिसणों हट गई सी, जी इन्हां नूं कुचल रहे सी, कीड़िया मकौड़िया मार सी। अज सेम सिचुएशन हो गई है, कहण नूं इत्थे लोकतंत्र आ पर लोकतंत्र नहीं गा, इत्थे अपील दलील अदालतां सब कुछ फैसले उही करदियां जिहड़ी सरकारां चाहुंदियां। नहीं ते असीं देख सकदे इन्ने महीनियां तों इन्नी ठंड दे विच, जिहड़ी सब तों वध ठंड पैंदी है उत्तरी भारत दे विच, तां बिल्कुल उदों भी किसान सड़कां दे बैठे, 150 तों वध मौतां हो गईयां, तां अदालतां चुप ने, उह कहिंदी सरकार वेखो जी की नबेड़ना, हालांकि उह फैसला कर सकदियां ना। तां बिल्कुल इहदे च फिर जिवें पुराने समें च भी हथियार हुंदे सी, उदों जिहड़ा कोई सच दी आवाज़ चुकदा सी उहनां नूं अग लाई जांदी सी, उहनां दी जबान वढ दित्ती जांदी सी, उहनां दे हथ पैर वढ दित्ते जांदे सी। तां हुण उसे तरीके नाल हुण हथियार कानून बण गया, तां हुण उह NIA ने सानूं नोटिस भेजे आ। सब तों पहली जिहड़ी नोटिस भेजे गए उहनां दे विच मेरा नाम सीगा, तो जी ठीक है, उहनां दी खुशी है भाई। आपां उहनां नूं जिहड़ा वकील राहीं गलबात कीती सी, उहनां नूं कोई कारण दस्सिआ, थोड़ा समां दिओ, क्योंकि तुहानूं पता गुड़िया आई सी घरे, उदों मैं मुक्तसर जी सी घर, बिल्कुल बिल्कुल, उसके लिए भी तुहानू ते फिर बहुत मुबारकां देनी। बड़ी प्यारी जी गुड्डी हाँ जी तुहाडी घर धन्यवाद। आई है, पर नाल ही नाल बिल्कुल जिदों क्योंकि माहौल इस तरह दा जिहड़ा असीं देख रहे हैं, पर तुहाडी तुहाडे जज्बे नूं असीं सलाम करदे हां। तुसीं डटे रहो इसे तरह, और चंगा काम जिहड़ा जरूर करदे रहो, और पल पल दीआं जिहड़ियां खबरां ने, जानकारियां ने, दुनिया दुनिया तक पहुंचाते रहो। तो बहुत वधिया लगता है हमेशा ही गल जी करके, ते मेरी कोशिश रहूगी कि कल भी तुहानू जरूर 26 जनवरी दे दिन वाले भी तंग जरूर किया जाए, ते तुहाडे कोलों जानकारी लीती कोई जाए। गल नहीं, कोई गल नहीं, कोई गल नहीं, आपां जरूर तुहानूं कल सवेरे भी दस्सांगे, क्योंकि उदों काफला तुर पाऊगा, हालांकि समां 10 बजे दा रख्या। जी तां इक इह आपणा थोड़ा जिहा रहि गिआ वी समां 10 बजे जिहड़ा रख्या सारे बार्डरां दा, लगभग 4 रूट जिहड़े आ हजे तक कन्फर्म होए आ, जिहड़े सीगे राजस्थान वाले जयपुर बार्डर वाले, उहनां नूं हजे तक कोई रूट जिहड़ा हैगा उह कन्फर्म नहीं होया, क्योंकि उहनां दी आपस दे विच पुलिस दे नाल सहमति कहिंदी सी, जी थोड़ा ज्यादा ही बंदे तिखे जां तत्ते आ कहिंदे, क्योंकि उन्होंने 3 जनवरी नूं पुलिस दे नाल झड़पां होईयां सी जदों दिल्ली नूं एंटर कर रहे सी। हाँ तां 10 बजे तुरिया जाऊगा, लगातार जिहड़ा काफला चलदा रहूगा, भला दी 24 घंटे च वापस आवे, भला अड़तक 48 च आवे, भला 72 च आवे, ये किसान लीडर ने कही है। और रस्ते च कितें रुकण दा प्लान नहीं हैगा, हालांकि ये औखा भी होना थोड़ा काम, क्योंकि ट्रैक्टर ते 5 बंदे बैठे आ, तां रात नूं सौणगे कित्थे, खाणगे, ते ये थोड़ी प्रॉब्लम भी आ सकदी है, पर ये जी अखियाइयां झल के भी जिहड़ा कि प्रदर्शन होऊगा ही होऊगा। ते असीं जरूर तुहानूं, कोई गल नहीं, तुसीं आपां सवेरे भी करांगे जरूर, तुहानूं दस्सांगे भी जी किहो जिहा माहौल आ, जाहो जलाल आ। बिल्कुल जी बिल्कुल। सो बहुत वधिया लगे जसवीर जी तमाम जानकारी साडे श्रोतियां दे नाल साझी करन दे लई। रेडियो मिर्ची 13-10 दी पूरी टीम वल्लों, श्रोतियां वल्लों, मेरे वल्लों बहुत बहुत धन्यवाद जी। सत श्री अकाल। सत श्री अकाल, बहुत धन्यवाद तुहाडा, तुसीं समां दित्ता, थैंक यू।